ਸਤਨਾਮ ਵਾਹਿਗੁਰੂ ਜੀ ਸਨਮਾਨਯੋਗ ਸਰਬ ਸ਼ਕਤੀਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮੁਕੱਦਸ ਚਰਨਾਂ ਦਾ ਆਨੰਦ ਪ੍ਰਾਪਤ ਕਰ ਰਹੇ ਸਮੂਹ ਸੱਤ ਸੰਗੀ ਜਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਤਿਹਾਸਕ ਸ਼ਹੀਦੀ ਸਥਾਨ ਗੁਰੂ ਘਰ ਸੀਸਗੰਜ ਸਾਹਿਬ ਵਿਖੇ ਸੱਤ ਸੰਗੀ ਜਨ ਅਕਾਲ ਪੁਰਖ ਸਾਹਿਬ ਦੀ ਬਾਣੀ ਸੁਣ ਕੇ ਗੁਰੂ ਘਰ ਦੀ ਸੇਵਾ ਕਰਕੇ ਜੀਵਨ ਦਾ ਲਾਭ ਪ੍ਰਾਪਤ ਕਰ ਰਹੇ ਸੱਤ ਸੰਗੀ ਜਨ ਭਾਗਾਂ ਵਾਲੇ ਹੋ। ਦਾਸ ਵੀ ਸੁਭਾਗਾ ਆਪ ਜੀ ਨੂੰ ਸੇਵਾ ਕਰਨ ਦਾ ਬਾਣੀ ਸੁਣਨ ਦਾ ਸੁਭਾਗ ਮਿਲਿਆ। ਦਾਸ ਨੂੰ ਅਕਾਲ ਪੁਰਖ ਸਾਹਿਬ ਦੇ ਬਚਨਾਂ ਦੀ ਬੇਨਤੀ ਕਰਨ ਦਾ ਸੁਭਾਗ ਮਿਲਿਆ। ਆਓ ਫਤਿਹ ਦੀ ਸਾਂਝ ਗੱਜ ਵੱਜ ਕੇ ਕਰੀਏ। ਮਨ ਦੌੜਦਾ ਪਿਆ ਤੇ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਕਰੀਏ। ਸਾਹਿਬ ਦੀ ਬਾਣੀ ਦਾ ਉਪਦੇਸ਼ ਹੈ, ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ, ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ। ਆਓ ਗੱਜ ਕੇ ਫਤਿਹ ਦੀ ਸਾਂਝ ਕਰੀਏ, ਸਤਿਗੁਰੂ ਜੀ ਨੂੰ ਸੀਸ ਝੁਕਾਈਏ, ਕੋਈ ਵੀ ਜ਼ਬਾਨ ਖਾਲੀ ਨਾ ਰਹਿ ਜਾਵੇ। ਆਓ ਪਿਆਰ ਵਿੱਚ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਗੁਰੂ ਸਾਹਿਬ ਦੀਆਂ ਸੱਤ ਸੰਗੀ ਸੰਗਤਾਂ, ਅੱਜ ਦੇ ਦਿਨ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਬਹੁਤ ਬਹੁਤ ਆਪ ਜੀ ਵਧਾਈ ਦੇ ਪਾਤਰ ਹੋ। ਸਤਿਗੁਰੂ ਸਾਹਿਬ ਦੀ ਵਡਿਆਈ ਦੇ ਬਚਨ, ਭੱਟ ਸਾਹਿਬਾਂ ਦੀ ਜੋ ਸਵਈਆਂ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ, ਜਿੱਥੇ ਆਪਾਂ ਗੁਰਬਾਣੀ ਦੀ ਸਾਂਝ ਪਾਵਾਂਗੇ, ਉੱਥੇ ਨਾਲ ਦੀ ਨਾਲ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਅਤੇ ਬਖਸ਼ਿਸ਼ਾਂ ਦੀ ਸਾਂਝ ਪਾਉਣ ਦਾ ਵੀ ਯਤਨ ਕਰਾਂਗੇ। ਸਤਿਗੁਰੂ ਸਾਹਿਬ ਦਾ ਜਸ ਕਰਦੇ ਭੱਟ ਸਾਹਿਬਾਨ ਵਡਿਆਈ ਕਰਦੇ ਆ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦੀਓ। ਚੌਥਾ ਸਵਈਆ ਵਡਿਆਈ ਗੁਰੂ ਨਾਨਕ ਸਾਹਿਬ ਦੀ ਵੀ ਕੀਤੀ ਹੈ ਭੱਟ ਸਾਹਿਬਾਂ ਨੇ, ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਵੀ ਕੀਤੀ ਹੈ। ਗੁਰੂ ਨਾਨਕ ਸਾਹਿਬ ਦਾ ਜਸ ਕਰਦੇ ਸਾਨੂੰ ਮਹਾਰਾਜ ਬਾਣੀ ਦੀ ਦਾਤ ਬਖਸ਼ਿਸ਼ ਕਰ ਰਹੀ ਹੈ ਕਿ ਅਕਾਲ ਪੁਰਖ ਸਾਹਿਬ ਦੀ ਭਗਤੀ ਸਿਮਰਨ ਕੀਤਾ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਨ ਹੋ ਕੇ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। ਹੁਣ ਭਗਤ ਦਾ ਬਚਨ ਇੱਥੇ ਆਇਆ, ਤੱਤੇ ਨੂੰ ਸਿਹਾਰੀ ਲੱਗੀ ਹੈ। ਇਸ ਤੋਂ ਭਾਵ ਅਰਥ ਇਹ ਹੈ ਕਿ ਸਿਮਰਨ ਅਕਾਲ ਪੁਰਖ ਦੀ ਯਾਦ, ਅਕਾਲ ਪੁਰਖ ਸਾਹਿਬ ਦਾ ਸਿਮਰਨ ਕੀਤਾ, ਯਾਦ ਕੀਤਾ, ਭਗਤੀ ਕੀਤੀ ਹੈ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਮਨ ਹੋ ਕੇ। ਤਨ ਮਨ ਧਨ ਗੋਬਿੰਦ ਦੀਓ, ਆਪਣਾ ਸਾਰਾ ਕੁਝ ਅਕਾਲ ਪੁਰਖ ਸਾਹਿਬ ਨੂੰ ਅਰਪਣ ਕਰ ਦਿੱਤਾ ਹੈ। ਤਨ ਵੀ ਮਨ ਵੀ ਅਤੇ ਦੌਲਤ ਵੀ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹੀਓ। ਜੇ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ,
ਤੇ ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਹੋਈ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ ਤੇ ਉਹਨਾਂ ਦਾ ਜਸ ਕਰਦੇ ਆ ਭੱਟ ਸਾਹਿਬ ਕਿ ਮਾਲਕ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਅੰਗਦ ਅਨੰਤ ਮੂਰਤ ਨਿਜ ਧਾਰੀ, ਅਨੰਤ ਦਾ ਭਾਵ ਅਰਥ ਹੈ ਅਨੇਕ ਸਰੂਪਾਂ ਵਾਲਾ, ਬੇਅੰਤ ਸਰੂਪਾਂ ਵਾਲਾ ਵਾਹਿਗੁਰੂ ਅਕਾਲ ਪੁਰਖ ਸਰਗੁਣ ਸਰੂਪ ਦੀ ਮੂਰਤ ਨੂੰ ਆਪਣੇ ਦਿਲ ਦੇ ਵਿੱਚ ਟਿਕਾਇਆ। ਅਗਮ ਗਿਆਨ ਰਸ ਰਸਿਓ ਹੀਓ, ਤੁਹਾਨੂੰ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਪਰਮਾਤਮਾ ਨੂੰ ਯਾਦ ਕੀਤਾ ਹੈ, ਉਸ ਦਾ ਸਿਮਰਨ ਕੀਤਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਅਤੇ ਸੰਗਤ ਦੇ ਸਦਕਾ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਵੀ ਬੇਅੰਤ ਸ਼ਕਤੀਆਂ ਦੇ ਮਾਲਕ ਅਕਾਲ ਪੁਰਖ ਦੇ ਸਰੂਪ ਨੂੰ ਆਪਣੇ ਹਿਰਦੇ ਵਿੱਚ ਟਿਕਾਇਆ ਅਤੇ ਅਪਹੁੰਚ ਹਰੀ ਦੀ ਬਰਕਤ ਦੇ ਨਾਲ ਆਪਣੇ ਹਿਰਦੇ ਨੂੰ ਪਿਆਰ ਦੇ ਨਾਲ ਸਿਮਰਨ ਦੇ ਵਿੱਚ ਜੋੜ ਲਿਆ ਅਤੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਵਿਸਾਖ ਸੁਦੀ ਏਕਮ ਵਾਲੇ ਦਿਨ ਸਮਤ 1561 ਈਸਵੀ ਸੰਨ 1504 ਨੂੰ ਸਨਮਾਨਯੋਗ ਹਸਤੀ ਬਾਬਾ ਫੇਰੂ ਜੀ ਦੇ ਘਰ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਅੱਜ ਦੇ ਦਿਨ ਪ੍ਰਕਾਸ਼ਮਾਨ ਹੁੰਦੇ ਹੈ ਅਤੇ ਬਾਬਾ ਫੇਰੂ ਜੀ ਦੀ 63 ਕੁੱਲ ਸੀ। ਹੁਣ ਇਹ ਨਗਰ ਅੱਜ ਕੱਲ੍ਹ ਮੁਕਤਸਰ ਦੇ ਨੇੜੇ ਹੈ, ਜਿਸ ਨੂੰ ਪਹਿਲਾਂ ਮੱਤੇ ਦੀ ਸਰਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਮੁਗਲ ਹਕੂਮਤ ਦੇ ਵੱਲੋਂ ਇਹ ਨਗਰ ਉਜਾੜ ਦਿੱਤਾ ਅਤੇ ਫਿਰ ਇਸ ਨਗਰ ਨੂੰ ਵਸਾਇਆ ਇੱਕ ਨਾਂਗੇ ਸਾਧ ਨੇ ਅਤੇ ਅੱਜ ਕੱਲ੍ਹ ਪ੍ਰਸਿੱਧ ਹੈ ਨਾਂਗੇ ਦੀ ਸਰਾਂ। ਉਸ ਜ਼ਮਾਨੇ 'ਚ ਇਹ ਨਗਰ ਫਿਰੋਜ਼ਪੁਰ ਜ਼ਿਲ੍ਹੇ ਦੇ ਅਧੀਨ ਸੀ, ਪੰਜਾਬ ਦੀ ਧਰਤੀ 'ਤੇ। ਅਤੇ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਤੋਂ ਭਾਵ ਚਾਨਣ। ਅਤੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਮੈਂ ਉਹਨਾਂ ਗੁਰੂ ਸਾਹਿਬ ਦੇ ਸਿੱਖਾਂ ਤੋਂ ਬਲਿਹਾਰ ਜਾਂਦਾ ਹੈ, ਸਦਕੇ ਜਾਂਦਾ ਹੈ, ਜਿਹੜੇ ਕੀ ਕੰਮ ਕਰਦੇ ਹੈ ਆਪਣੇ ਰਹਿਬਰਾਂ ਦੇ ਪੁਰਬਾਂ 'ਤੇ ਸਤਿਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹੈ ਅਤੇ ਸਿਮਰਨ ਦੇ ਨਾਲ ਆਪਣਾ ਚਿੱਤ ਜੋੜਦੇ ਹੈ। ਹੁਣ ਆਮ ਤੌਰ 'ਤੇ ਇਹ ਰਵਾਇਤ ਪਾਈ ਜਾਂਦੀ ਹੈ ਕਿ ਪੁਰਬ ਮਨਾਇਆ ਗਿਆ ਅਤੇ ਆਪਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ, ਗੁਰਗੱਦੀ ਦਿਵਸ 'ਤੇ, ਜੋਤੀ ਜੋਤ ਪੁਰਬ 'ਤੇ ਆਪਣੇ ਚਿੱਤ ਨੂੰ ਮਨਾਇਆ ਅਕਾਲ ਪੁਰਖ ਸਾਹਿਬ ਦੇ ਗੁਣ ਗਾਇਨ ਕਰਨ ਵਾਸਤੇ, ਸਿਮਰਨ ਕਰਨ ਵਾਸਤੇ। ਅਤੇ ਭਾਈ ਸਾਹਿਬ ਦੀਆਂ ਵਾਰਾਂ ਦਾ ਜਿਹੜਾ ਅਰਥ ਮੂਲ ਇਹ ਬਣਦਾ ਹੈ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਭਾਏ ਦਾ ਅਰਥ ਪਿਆਰ ਅਤੇ ਭਗਤ ਦਾ ਅਰਥ ਤੱਤੇ ਨੂੰ ਸਿਹਾਰੀ ਲੱਗੀ ਹੈ, ਸਿਮਰਨ ਕਰਦੇ ਆ, ਸਤਿਗੁਰੂ ਜੀ ਨੂੰ ਯਾਦ ਕਰਦੇ ਆ। ਸੋ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਪਾਂ ਆਪਣੇ ਦਿਲ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਮਿਟਾਉਣਾ ਅਤੇ ਇੱਕ ਅਕਾਲ ਪੁਰਖ ਸਾਹਿਬ ਨੂੰ ਯਾਦ ਕਰਨ ਦੀ ਆਸ ਕਰਨੀ ਹੈ, ਉਮੀਦ ਕਰਨੀ ਹੈ ਸਤਿਗੁਰੂ ਜੀ ਦੇ ਪ੍ਰਕਾਸ਼ ਦਿਹਾੜੇ 'ਤੇ।
सतगुरु जी की वडियाई अंगद अनंत मूरत निज धारी अगम ज्ञान रस रसयो हीयो। हुण सतगुरु गुरु अंगद देव साहब महाराज जी दे पिता बाबा फेरू मल जी जेड़ा फिरोजपुर का हाकम है, उगा पुरश है तख्त मल, उस दे मुनीम सन जेड़ा के 100 तो वध पिंडां दी मालकी रखदा सी, ते उस दा हिसाब किताब करदे सन बाबा फेरू मल जी। हुण सतगुरु गुरु अंगद देव साहब महाराज जी दी वडियाई करदे आ, भाई नंद लाल जी ने भी बड़े सुंदर बचना दे नाल गुरु अंगद देव साहब महाराज जी की वडियाई की है। गुरु अंगद आम मुर्शदुल आलमी, सतगुरु गुरु अंगद देव साहब महाराज मुर्शद हैं, सतगुरु की वडियाई दे जिक्र करता है, जे फजल अहद रहमतुल मजनमी। सतगुरु गुरु अंगद देव साहब महाराज जी की बरकत ते बख्शिश रहम सारे जीवां ते है। सतगुरु गुरु अंगद देव साहब महाराज दो आलम बाशद हजारा जहां तो फैल कर महाए ओ कमारा। सतगुरु गुरु अंगद देव साहब महाराज जी की बख्शिश मेहर नू दो जहाना दे मालक अते दो जहान ते हजारा जीव लोचते हैं, ते पिता गुरु अंगद देव साहब की वडियाई करदा आनंद लाल लिखदा है कि अकाल पुरख साहब ने दो जहाना दा मालक बना के संसार दे अंदर गुरु अंगद देव साहब महाराज जी नू भेजिया। सो ऐसे दीन दयाल सतगुरु गुरु अंगद देव साहब महाराज जी दे पिता जी तख्त मल दे मुनीम है, ते भाणा की वापरदा है, इंसान गलतियां दा पुतला है, ते साहब दी बाणी दा वचन है, भुलण अंदर सब को अभुल गुरु करतार, भुलां तो रहत अकाल पुरख है, ते जीव भुलण हार है। हुण लेखे हिसाब दे विच एक वार की होया, फर्क पै गया, भोंग पै गया, ते पिता गुरु अंगद देव साहब महाराज जी दे बाप बाबा फेरू मल नू तख्त मल ने कैद विच पा लिया, ते जिस तख्त मल दे 7 पुत्र सन ते एक पुत्री सी विराई, जिस दा इतिहासकारां ने नाम लिखिया, ओ खडूर नगर दे विच व्याही होई सी, ते हुण जदों कैद विच पा लिया जांदा है ते परिवार दा गुजारा मुश्किल है, ते पिता गुरु अंगद देव साहिब महाराज जी ने इस निपटारा कराउण वास्ते अपने बाप फेरू मल नू आजाद कराउण दे वास्ते जिस नू बीबी विराई अपने भरावां तो वध मनदी सी, अते बाबा फेरू मल जी बीबी विराई नू अपनी सकी भैण तो वध जानदे सी, ते पिता गुरु अंगद देव साहब महाराज ईसवी 1517 दे विच खडूर नगर दे विच आउंदे है। हुण अपनी भूआ विराई दे कोल हुण इत्थे जदों आके की कौतक अजीम तकदे है, ओ बीबी मालक सृष्टि दे जगत तारक गुरु नानक साहब दी सिक्खी धारण कर चुकी सी, ते उस वेले ए फरियाद ए दुखड़ा दसण तो पहला जिथे बीबी विराई
गुरु नानक साहब महाराज जी दे सत संग दा आनंद माण रही सी। उस वेले पिता गुरु अंगद देव साहब महाराज जिन्हां दा पहला नाम बाबा लहणा जी है, उन्होंने गुरु नानक साहब दे सत संग दी हाजरी उस बीबी वराई दे संग भरी सी ते सारी वार्ता दसी कि आ काम हो चुका है, हिसाब विच फर्क पै गया। ते बीबी वराई ने अपने पिता जी नूं सुनेहा भेजिया कि मैं दसदी हाँ कि बाप जी अर्ज करदी हाँ कि कुछ समा मेरे वीर फेरू मल नूं आजाद कर दिता जावे ता कि इन्हां दा पुत्तर ते इह हिसाब दे विच लेखा बराबर कर सकण। हुण हिसाब बराबर हो गया, समा अपनी चाल दे नाल चली जांदा है। हुण उधर पिता गुरु अंगद देव साहिब महाराज बाबा लहणा जी दा जो विआह दी रस्म है वह 15 साल दी उम्र दे विच हुंदी है। 16 मगर समत जिहड़ी तरीक है ईसवी वह 1519 नूं है। बाबा लहणा जी दा विआह हो जांदा है माता खीवी दे नाल, खडूर दे नेड़े पिंड है संगरकोट। हुण बाबा फेरू मल जी भी इत्थे आ के निवास करदे है। हुण कुड़मां दे पिंड ज़्यादा समा ना रहिंदे होए ते इन्हां ने अपना निवास जिहड़ा है खडूर पिंड दे विच कर लिया। उत्थे एक दुकानदारी दा काम आरंभ कर लिया ते नाल दी नाल बाबा फेरू मल जी देवी भगत भी सन। तो हुण कुछ असर बच्चिआं ते जरूर हो जांदा है जो बाप दे संस्कार होण ते उस देवी भगतां दा संग बाबा लहणा जी भी खडूर विच करिआ करदे सन। समा अपनी चाल दे नाल चली जांदा है। हुण 1526 दे विच बाबा लहणा जी दे पिता फेरू मल जी सुरगवास हो जांदे ते सारा काम काज दा भार जिहड़ा सी बाबा लहणा जी दे सिर ते आ पैंदा। दुकानदारी करनी, गृहस्थी जीवन दा प्रबंध चलाउणा ते देवी भगतां दा संग करना है। हुण इत्थे कहण तों भाव बेनती इत्थे बख्शिश वापरदी है खडूर नगर दे विच। जिस बाणी नूं सुन के जिस सिख दे कन्ना सिख दे मुखार बिंद तों अकाल पुरख साहब दी बाणी दे बचना नूं सुन के ते बाबा लहणा जी गुरु नानक साहब महाराज जी दे चरणा दे भौरे बन गए। वह सिख सी खडूर नगर दे विच वसदा, गुरु नानक साहब दे चरणा दा भौरा बनिया भाई जोध। हुण अमृत वेले सतगुरु साहब दी बाणी दा उपदेश जिहड़ा बचन आपां आसा जी दी वार दे विच नित्ता प्रति सुणदे आ गाउंदे आ, 21वीं पौड़ी दा बचन बाबा लहणा जी ने भाई जोध दी अरसना तो सरवण कीता ते इन्ना आनंद प्राप्त होया। इस तो पहला अर्ज ये है कि बाबा लहणा जी बेशक दुनियावी मुहारत सी, माल असबाब बहुत सी, देवी भगतां नूं लैके चलदे सन, पर अपने आप नूं इकला जिहा ते खाली महसूस करदे सन क्योंकि नाम दी बख्शिश जिहड़ी है अमृतमई बाणी है वह दिल नूं ठारदी है ते शांति दिंदी है। हुण इह बचन जित सेवै सुख पाई है सो साहिब सदा संभाली है, जित कीता पाईए अपना सा घाल बुरी क्यों घाली है, मंदा मूल ना कीचई दे लम्मी नदर निहाली है, ज्यों साहिब नाल नहारी है तेवे हा पासा ढाली है, किश लाहे उपर
ਘਾਲੀਐ। ਇਹ ਬਾਣੀ ਦਾ ਬਚਨ ਬਾਬਾ ਲਹਿਣਾ ਜੀ ਨੇ ਜਦੋਂ ਸਰਵਣ ਕੀਤਾ ਗੁਰੂ ਘਰ ਦੇ ਸਿੱਖ ਭਾਈ ਜੋਧ ਦੀ ਰਸਨਾ ਤੋਂ, ਤੇ ਇੰਨਾ ਆਨੰਦ ਪ੍ਰਾਪਤ ਹੋਇਆ, ਇੰਨੀ ਦਿਲ ਨੂੰ ਸ਼ਾਂਤੀ ਆਈ, ਤੇ ਜਾ ਕੇ ਅਰਜ ਕੀਤੀ ਕਿ ਭਾਈ ਜੀ ਇਹ ਕਿਸ ਮਹਾਂਪੁਰਖ ਦੀ ਬਾਣੀ ਹੈ। ਤੇ ਗੁਰੂ ਕੇ ਸਿੱਖ ਭਾਈ ਜੋਧ ਨੇ ਦੱਸ ਦਿੱਤਾ ਹੈ ਕਿ ਇਹ ਕੁੱਲ ਆਲਮ ਸ੍ਰਿਸ਼ਟੀ ਦੇ ਤਾਰਕ ਗੁਰੂ ਨਾਨਕ ਸਾਹਿਬ ਦੀ ਬਾਣੀ ਆ, ਤੇ ਬਾਣੀ ਇੰਨੀ ਠੰਡੀ ਤੇ ਸ਼ਾਂਤੀ ਵਾਲੀ ਹੈ। ਸਤਿਗੁਰੂ ਦੀ ਬਾਣੀ ਨੂੰ ਸੁਣਨਾ ਚਾਹੀਦਾ ਧਿਆਨ ਦੇ ਨਾਲ, ਤੇ ਸੁਣ ਕੇ ਕਮਾਉਣ ਵਾਲੇ ਪਾਸੇ ਚਿੱਤ ਇਕਾਗਰ ਕਰਨਾ ਚਾਹੀਦਾ। ਸਾਹਿਬ ਦੀ ਬਾਣੀ ਦਾ ਉਪਦੇਸ਼ ਜਿੱਤ ਸੇਵਿਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ। ਬਾਣੀ ਅੰਮ੍ਰਿਤਮਈ ਹੈ, ਜਿਸ ਨੂੰ ਸੁਣਨ ਦੇ ਨਾਲ ਆਤਮਕ ਅਵਸਥਾ ਉੱਚੀ ਹੁੰਦੀ ਹੈ ਤੇ ਦਿਲ ਦੀ ਸੜਾਂਦ ਬੁਝਦੀ ਹੈ। ਸੋ ਐਸੇ ਦਿਲ ਦੀ ਸੜਾਂਦ ਨੂੰ ਬੁਝਾਇਆ ਬਾਬਾ ਲਹਿਣਾ ਜੀ ਦੀ ਨੂੰ ਭਾਈ ਜੋਧ ਦੀ ਰਸਨਾ ਤੋਂ ਜਦੋਂ ਬਾਣੀ ਸੁਣ ਲਈ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਭੌਰੇ ਬਣ ਗਏ ਕਿ ਆਪਾਂ ਗੁਰੂ ਨਾਨਕ ਸਾਹਿਬ ਦਾ ਸੰਗ ਜ਼ਰੂਰ ਕਰਨਾ। ਹੁਣ ਇੱਥੇ ਬਚਨ ਆਪਾਂ ਯਾਦ ਕੀਤਾ ਹੈ, ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਅਰਸ ਰਸਿਓ ਹੀਓ। ਬਾਬਾ ਲਹਿਣਾ ਜੀ ਨੇ ਅਨੰਤ ਵਾਹਿਗੁਰੂ ਪਰਮਾਤਮਾ ਦੀ ਮੂਰਤ ਨੂੰ, ਗੁਰੂ ਨਾਨਕ ਦੇ ਬਚਨਾਂ ਨੂੰ ਆਪਣੇ ਦਿਲ 'ਚ ਟਿਕਾ ਲਿਆ, ਤੇ ਆਪਾਂ ਵੀ ਅੱਜ ਪ੍ਰੇਰਨਾ ਸਰੋਤ ਹੋਈਏ। ਬਾਬਾ ਲਹਿਣਾ ਜੀ ਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਕਿ ਆਪਾਂ ਵੀ ਦਿਲ ਦੀ ਖੋਟ ਨੂੰ ਤਿਆਗ ਕੇ ਤੇ ਪੱਕੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਜਾਈਏ। ਜਿਹੜੀ ਸਾਡੇ ਦਿਲਾਂ ਵਿੱਚ ਉਮੀਦ ਲੱਗੀ ਹੈ ਕਿ ਸ਼ਨੀ ਦਾ ਖੌਫ ਜਾਂ ਹੋਰ ਕੋਈ ਦੇਵੀ ਦੇਵਤੇ, ਠੀਕ ਆ, ਸਨਮਾਨਯੋਗ ਹੈ, ਇਹਨਾਂ ਦੀ ਪੂਜਾ ਕਰਕੇ ਹਮਨ ਆਦਿਕ ਕਰਕੇ ਜ਼ਿੰਦਗੀ ਦਾ ਸੁੱਖ ਲੈ ਲਵਾਂਗੇ, ਉਹ ਗੱਲ ਨਹੀਂ ਬਣਦੀ। ਹੁਣ ਜੇ ਕਿਸੇ ਨੂੰ ਪ੍ਰੇਰਨਾ ਕੀਤੀ ਜਾਵੇ ਵੀ ਤੂੰ ਦੇਵੀ ਦਾ ਕੰਮ ਛੱਡ ਦੇ, ਜਾਗੇ ਛੱਡ ਦੇ, ਤੇ ਉਹ ਕੀ ਕਹਿੰਦਾ, ਤੂੰ ਬਹੁਤ ਵੱਡਾ ਗਿਆਨੀ ਹੈ। ਕਿਸੇ ਨੂੰ ਇਹਨਾਂ ਬਚਨਾਂ ਦੀ ਵਿਆਖਿਆ ਕਰਕੇ ਸੁਣਾ ਦੇਵੇ ਤੇ ਫਿਰ ਪਤਾ ਲੱਗਦਾ ਹੈ ਕਿ ਮਹਾਮਾਈ ਕੀ ਪੂਜਾ ਕਰੈ ਨਰਸੇ ਨਾਰ ਹੋਏ ਅਵਤਰੈ, ਕਿ ਜਿਹੜਾ ਉਮੀਦ ਲਾ ਕੇ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ ਕਿ ਮਹਾਮਾਈ ਸੁੱਖ ਦੇਣ ਵਾਲੀ ਹੈ, ਪਰ ਸਾਹਿਬ ਦੀ ਬਾਣੀ ਨੇ ਉਪਦੇਸ਼ ਬਖਸ਼ਿਆ ਕਿ ਉਹ ਪੁਰਸ਼ ਤੋਂ ਔਰਤ ਬਣ ਕੇ ਜਨਮ ਲੈਂਦਾ ਹੈ। ਤੇ ਇਸੇ ਤਰ੍ਹਾਂ ਬਾਬੇ ਕਬੀਰ ਸਾਹਿਬ ਦੇ ਸਲੋਕਾਂ ਵਿੱਚ ਵੀ ਬਚਨ ਆਉਂਦੇ ਹੈ, ਕਬੀਰ ਹਰ ਕਾ ਸਿਮਰਨ ਛਾੜ ਕੈ ਅਹੋਈ ਰਾਖੇ ਨਾਰ ਗਦ ਹੀ ਹੋਏ ਕੇ ਅਵਤਰ ਹੈ ਭਾਰ ਸਹੇ ਮਨ ਚਾਰ, ਕਿ ਅਕਾਲ ਪੁਰਖ ਦਾ ਸਿਮਰਨ ਛੱਡ ਕੇ ਤੇ ਸੀਤਲਾ ਦੇਵੀ ਆਦਿਕ ਦੇ ਉਪਾਸਕ ਜੀਵ ਬਣ ਜਾਵੇ। ਤੇ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਅਗਲਾ ਜਨਮ ਜਿਹੜਾ ਉਹ ਗਦੀ ਦਾ ਬਣਨ ਦਾ ਖਦਸ਼ਾ ਤਿਆਰ ਹੈ। ਆਪਾਂ ਉਮੀਦ ਲਾਈਏ, ਆਸ ਕਰੀਏ ਕਿ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਆਪਾਂ ਵੀ ਅਕਾਲ ਪੁਰਖ ਦੇ ਰੂਪ ਦੀ ਮੂਰਤ ਨੂੰ, ਬਚਨਾਂ ਨੂੰ ਆਪਣੇ ਦਿਲ ਵਿੱਚ ਟਿਕਾਉਣਾ ਹੈ ਤੇ ਜ਼ਿੰਦਗੀ ਦਾ ਖਾਸ ਲਾਭ ਪ੍ਰਾਪਤ ਕਰਨਾ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀਆਂ ਬੇਅੰਤ ਮਿਹਰਾਂ ਹੋਈਆਂ, ਸੰਸਾਰ ਦੇ ਵਿੱਚ ਜੀਵਾਂ ਨੂੰ ਤਾਰਿਆ ਤੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਗੁਰਮੁਖੀ ਲਿਪੀ ਬਣਾਈ ਹੈ। ਇੱਥੇ ਬਸ ਨਹੀਂ, ਨਾਮ ਦੀ ਸ਼ਕਤੀ ਜਿਹੜੀ ਹੈ, ਜੇ ਗੁਰੂ ਨਾਨਕ ਸਾਹਿਬ ਦਾ ਸੰਗ ਕੀਤਾ
अनंत परमात्मा की मूरत नू अपने दिल दे विच टिकाया ते ऐसी वड्याई करदे आ पट साहब गुरु अंगद देव साहब दी तैता दृढ़ो नाम अपार बिमल जास बिथार साधक सिद्ध सो जन जिया को आधार। अनंत मूर्त परमात्मा दी नू अपने दिल विच टिकाया बाबा लहणा जी ने ते अपने दिल विच अकाल पुरख दा नाम पक्का कीता। तै तो दृढ़ो नाम अपार दृढ़ दा भाव पक्का करना बिमल जास बिथार। बाबा लहणा जी गुरु अंगद देव साहब बन गए गुरु दा संग करके ते संसार दे विच जस फैलिया बिमल जास बिथार साधक सिद्ध सो जन जिया को आधार। पिता गुरु अंगद देव साहब महाराज साधना करन वाले ते सिद्धां ते होर जीवां दा पिता गुरु अंगद देव साहब महाराज जी ने पार नितारा कीता ते पट साहब वड्याई करदे आ पिता गुरु अंगद देव साहब महाराज जी दी कल्प तर रोग बिदार संसार ताप निवार आत्मा त्रिविद तेरे एक लिव तार। कि पिता गुरु अंगद देव साहब महाराज स्वर्गी रुख दे वांग संसार दे जीवां दे रोगां दी निवृत्ति करन वाले हन दुखां नू दूर करन वाले हन। पिता गुरु अंगद देव साहब महाराज जी दे बचना नू जिन्हां ने मुकम्मल तौर ते अपने दिल दे विच धारण करिया हुण जिवें दिल दी खोट एक दिल दा जहर है जिन्हां ने दिल ला के पिता गुरु अंगद देव साहब महाराज जी दा संग कीता ते पिता जी ने कल्प ब्रिश दे वांग उन्हां दे रोग दूर कीते आ ते वड्याई गुरु अंगद देव साहब महाराज जी दी गरल नास तन नठेओ अम्यो अंतर गत पियो। गरल गरल दा भाव अर्थ है जहर। के जिन्हां ने गुरु साहब दा संग कीता है महाराज दे बचना नू कमाउन वाले पासे चल गए अपने मन नू ला लिया है साहब दे प्रकाश दिहाड़े ते के मनाउणा है अकाल पुरख साहब दी उस्तति करन वास्ते अपने मन नू सिमरन करन वास्ते ते उहनां दे दिल दे विचो जहर दा रोग दूर हो गया ते आत्मक ज्ञान दे अमृत नू उहनां ने प्राप्त कर लिया। कल्प तर रोग बिदार संसार ताप निवार आत्मा त्रिविद तेरे एक लिव तार कहो कीरत कल सहार सपत दीप मजार लहना जगत्तर गुर पर समरार। पिता गुरु अंगद देव साहब महाराज कल्प ब्रिश वांग जीवां दे रोग दूर कर दे कल्प तर रोग बिदार आत्मा त्रिविद तेरे एक लिव तार संसार ताप निवार। हुण ऐसे सतगुरु साहब दी वड्याई कल सहार भट करदा है कि मालक गुरु अंगद देव साहब महाराज सत्ता महादीपां दे विच बख्शिशां वरताउण वाले कहो कीरत कल सहार सपत दीप मजार लहना जगत्तर गुर पर सुमरार। ऐसे दीन दयाल सतगुरु जी ने यह बख्शिशां किवें वापरियां कि बेअंत कला दे मालक अकाल पुरख दी मूरत नू अपने दिल विच टिका लिया ते कर्म कांडां दा त्याग कीता। संखेप बेनती है कि पिता गुरु नानक साहिब महाराज जी दा संग कीता सी बाबा लहणा जी ने 1532 नू अक्तूबर नवंबर दे महीने
ਦੇਵੀ ਦੇ ਸੰਗ ਜਾਂਦਿਆਂ ਤੇ ਸੰਗ ਕਰਕੇ ਸੰਗ ਨੂੰ ਤਿਆਗ ਦਿੱਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਣਾਂ ਦੇ ਭੌਰੇ ਬਣ ਗਏ। ਤੇ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਅੱਜ ਸਾਨੂੰ ਇਹ ਉਪਦੇਸ਼ ਦਿੰਦੀ ਹੈ ਕਿ ਭਾਈ ਇਸ ਉਪਦੇਸ਼ ਨੂੰ ਕਮਾ ਕੇ ਜ਼ਿੰਦਗੀ ਨਿਰਵਾਹ ਕਰਨੀ ਹੈ। ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਬਚਨ ਆਸਾ ਜੀ ਦੀ ਵਾਰ ਵਿੱਚ ਆਪਾਂ ਯਾਦ ਕਰਦੇ ਹਾਂ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ ਬੀਜੈ ਵਿਖ, ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ। ਕਿ ਜਿਹੜੀ ਗੱਲ ਪ੍ਰਾਣੀ ਦੇ ਦਿਲ ਵਿੱਚ ਹੁੰਦੀ ਹੈ ਉਸ ਦੇ ਵਿੱਚ ਵਾਧਾ ਹੁੰਦਾ ਹੈ। ਹੁਣ ਦਿਲ ਦੇ ਵਿੱਚ ਕੁਝ ਹੋਰ ਹੋਵੇ ਤੇ ਮੂੰਹ ਦੇ ਵਿੱਚ ਕੁਝ ਹੋਰ ਹੋਵੇ ਤੇ ਜ਼ਿਆਦਾ ਲਾਭ ਪਿਤਾ ਜੀ ਕਿਰਪਾ ਕਰਦੇ ਆ ਦਿਲ ਵਾਲੀ ਗੱਲ ਵਿੱਚ ਹੈ, ਜੋ ਜੀ ਹੋਏ ਸੋ ਉਗਵੇ। ਮਹਾਰਾਜ ਕਿਰਪਾ ਕਰਦੇ ਜਿਹੜੀ ਗੱਲ ਦਿਲ ਵਿੱਚ ਆ ਉਹ ਉਗਦੀ ਹੈ। ਮੂੰਹ ਕਾ ਕਹਿਆ ਵਾਓ, ਮੂੰਹ ਤੋਂ ਕਹਿਣ ਦੀ ਸਫਲਤਾ ਘੱਟ ਹੀ ਮਿਲਦੀ ਹੈ। ਬੀਜੈ ਵਿਖ, ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ। ਇਨਸਾਨ ਬੀਜ ਦਾ ਜ਼ਹਿਰ ਤੇ ਮੰਗ ਦਾ ਅੰਮ੍ਰਿਤ, ਇਹ ਕੋਈ ਇਨਸਾਫ ਨਹੀਂ ਹੈ। ਤੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਦੀ ਬਾਣੀ ਦੇ ਉਪਦੇਸ਼ ਅੱਜ ਆਪਾਂ ਧਾਰਨ ਕਰਨੇ ਪ੍ਰਕਾਸ਼ ਦਿਹਾੜੇ ਤੇ। ਪਿਤਾ ਜੀ ਕਿਰਪਾ ਕਰਦੇ ਆ, ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਘੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਪਿਤਾ ਗੁਰੂ ਅੰਗਦ ਦੇਵ ਸਾਹਿਬ ਦਾ ਉਪਦੇਸ਼, ਸਲਾਮ ਦਾ ਭਾਵ ਝੁਕਣਾ, ਝੁਕ ਜਾਣਾ ਤੇ ਝੁਕ ਕੇ ਆਪਾਂ ਬਚਨ ਧਾਰਨ ਕਰਨਾ ਸਤਿਗੁਰੂ ਦਾ, ਕਿ ਆਪਾਂ ਜਵਾਬ ਨਹੀਂ ਕਰਨਾ। ਆਪਾਂ ਖੋਟੇ ਕੰਮਾਂ ਤੋਂ ਮਨੋ ਬਿਰਤੀ ਨੂੰ ਵਰਜਿਤ ਕਰਕੇ ਤੇ ਪ੍ਰਮਾਤਮਾ ਦੇ ਸਿਮਰਨ ਵਿੱਚ ਜੋੜਨਾ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸ ਉਹੀ ਹੋ। ਬੇਅੰਤ ਸ਼ਕਤੀਆਂ ਵਾਲੇ ਵਾਹਿਗੁਰੂ ਪ੍ਰਮਾਤਮਾ ਦੇ ਬਚਨਾਂ ਨੂੰ ਦਿਲ ਵਿੱਚ ਧਾਰਨ ਕਰਨਾ ਤੇ ਗਿਆਨ ਸਾਂਝ ਪਾਉਣੀ ਹੈ, ਹਿਰਦੇ ਵਿੱਚ ਪ੍ਰਮਾਤਮਾ ਦੇ ਬਚਨਾਂ ਦਾ ਪਿਆਰ ਟਿਕਾਉਣਾ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਸਲਾਮ ਵੀ ਕਰਤੀ ਤੇ ਜਵਾਬ ਇਹ ਕਰ ਦਿੱਤਾ ਕਿ ਸਤਿਗੁਰੂ ਜੀ ਤੁਹਾਡੇ ਬਚਨ ਆਪਾਂ ਮੰਨਣ ਨੂੰ ਤਿਆਰ ਨਹੀਂ, ਤੇ ਇਹ ਜਵਾਬ ਹੋ ਗਿਆ। ਤੇ ਸਾਹਿਬ ਕਿਰਪਾ ਕਰਦੇ ਆ, ਅਸਲੀ ਟਿਕਾਣੇ ਤੋਂ ਇਨਸਾਨ ਖੁੰਝ ਜਾਂਦਾ ਹੈ, ਭੁੱਲ ਜਾਂਦਾ ਹੈ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ। ਪਿਤਾ ਗੁਰੂ ਅੰਗਦ ਦੇਵ ਸਾਹਿਬ ਕਿਰਪਾ ਕਰਦੇ ਆ ਕਿ ਸਲਾਮ ਵੀ ਝੂਠੀ ਹੋ ਗਈ ਤੇ ਜਵਾਬ ਵੀ ਝੂਠਾ ਹੋ ਗਿਆ, ਥਾਏ ਨਾ ਕਾਈ ਪਾਏ, ਜੀਵਨ ਦੀ ਕੋਈ ਸਫਲਤਾ ਨਹੀਂ ਹੈ। ਤੇ ਐਸੇ ਦੀਨ ਦਿਆਲ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਵਡਿਆਈ ਕੀਤੀ ਹੈ। ਭੱਟ ਸਾਹਿਬਾਂ ਨੇ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲ ਖਨ ਉਤਾਰ, ਤਿਮਰ ਅਗਿਆਨ ਜਾਹੇ ਦਰਸ ਦੁਆਰ। ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਦ੍ਰਿਸ਼ਟੀ, ਮੇਰਾ ਭਰੀ ਨਜ਼ਰ ਦੇ ਨਾਲ, ਗਿਆਨ ਦੀ ਬਖਸ਼ਿਸ਼ ਦੇ ਨਾਲ, ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖਨ ਉਤਾਰ, ਖੋਟੇ ਕਰਮਾਂ ਦੀ ਕਾਲਖ ਉਤਾਰ ਦਿੰਦੀ ਹੈ, ਤਿਮਰ ਅਗਿਆਨ ਜਾਹੇ ਦਰਸ ਦੁਆਰ। ਪਿਤਾ ਜੀ ਦਾ ਦੀਦਾਰ ਕਰਦਿਆਂ, ਸੰਗ ਕਰਦਿਆਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਐਸੇ ਦੀਨ ਦਿਆਲ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦੇ ਆਪਾਂ ਪਾਤਰ ਬਣਨਾ ਹੈ। ਤੇ ਵੇਖੀਏ ਨਾਮ ਦੀ ਜਿਹੜੀ ਸ਼ਕਤੀ ਹੈ ਨਾ, ਜਦੋਂ ਪਰਮਾਤਮਾ ਦੇ ਬਚਨਾਂ ਨੂੰ ਸੇਵਕ ਧਾਰਨ ਕਰਦਾ ਹੈ ਤੇ ਧਾਰਨ ਕਰਦਾ ਤੇ ਨਾਮ ਦੀ ਸ਼ਕਤੀ ਜਿਹੜੀ ਆ ਉਹ ਭਾਰੀ ਜਜ਼ਬਾਤ ਲੈ ਕੇ ਆਉਂਦੀ ਹੈ। ਤੇ ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸ ਉਹੀ ਹੋ।
ਸਤਿਗੁਰੂ ਸਾਹਿਬ ਜੀ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹੁਣ ਜਦੋਂ ਵੇਖੀਏ, ਗੁਰੂ ਨਾਨਕ ਸਾਹਿਬ ਨੇ ਵਰ ਦਿੱਤੇ ਆ ਬਾਬਰ ਨੂੰ ਬਾਦਸ਼ਾਹੀਆਂ ਦੇ, ਤੇ ਬਾਬਰ ਦਾ ਪੁੱਤਰ ਹਮਾਯੂ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਜਦੋਂ ਹਾਰ ਖਾਂਦਾ ਹੈ ਤੇ ਫਿਰ ਆ ਕੇ ਆਗਰੇ ਫੌਜ ਇਕੱਠੀ ਕਰਦਾ ਤੇ ਫਿਰ ਵੀ ਹਾਰ ਜਾਂਦਾ ਹੈ, ਤੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਭਾਲ ਕਰਦਾ ਲਾਹੌਰ ਨੂੰ ਜਾਂਦਾ ਹੋਇਆ ਖਡੂਰ ਸਾਹਿਬ ਆਉਂਦਾ ਹੈ ਮਈ ਦੇ ਮਹੀਨੇ 1540 ਨੂੰ। ਤੇ ਹੁਣ ਉਸ ਵੇਲੇ ਇਤਿਹਾਸਕਾਰ ਇਹ ਜ਼ਿਕਰ ਕਰਦੇ ਆ ਕਿ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬੱਚਿਆਂ ਦੀ ਦੇਖਭਾਲ ਕਰ ਰਹੇ ਸੀ। ਕੁਝ ਇਤਿਹਾਸਕਾਰ ਇਹ ਲਿਖਦੇ ਆ ਕਿ ਜਿੱਥੇ ਅੱਜ ਗੁਰੂ ਘਰ ਸੁਸ਼ੋਭਤ ਹੈ ਮੱਲਾਂ ਅਖਾੜਾ, ਪਿਤਾ ਜੀ ਉਸ ਵੇਲੇ ਲੌਡੇ ਪੈਰ ਦੇ ਸਮੇਂ ਜਵਾਨ ਗੱਭਰੂ ਬੱਚਿਆਂ ਨੂੰ ਜਿਸਮਾਨੀ ਅਭਿਆਸ ਕਰਾ ਰਹੇ ਸੀ। ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਸਿੱਖ ਸੇਵਕਾਂ ਨੂੰ ਨਰੋਈ ਸਿਹਤ ਰੱਖਣ ਦੇ ਵਾਸਤੇ ਜਿਸਮਾਨੀ ਅਭਿਆਸ ਕਰਨ ਦੀ ਸਿੱਖਿਆ ਦਿੱਤੀ, ਕਹਿਣ ਤੋਂ ਭਾਵ ਕੁਸ਼ਤੀਆਂ ਆਦਿਕ ਦਾ ਸਰੀਰਕ ਅਭਿਆਸ ਕਰਾ ਰਹੇ ਸੀ। ਤੇ ਜਿਹੜਾ ਹਮਾਯੂ ਬਾਦਸ਼ਾਹ ਆਉਂਦਾ ਹੈ, ਹੁਣ ਜਿੰਨਾ ਚਿਰ ਤੱਕ ਪ੍ਰਾਣੀ ਦੇ ਦਿਲ ਵਿੱਚ ਨਿਮਰਤਾ ਨਹੀਂ ਆ ਜ਼ਿੰਦਗੀ ਦਾ ਖਾਸ ਲਾਭ ਨਹੀਂ। ਜੇ ਰਾਜ ਮਦ ਦਾ ਅਹੰਕਾਰ ਹੈ ਤੇ ਗੁਰਬਾਣੀ ਦਾ ਇਹ ਉਪਦੇਸ਼ ਹੈ, ਪਿਤਾ ਗੁਰੂ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਆ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ। ਜਿਹੜਾ ਆਪਣੇ ਆਪ ਨੂੰ ਰਾਜਾ ਮੁੱਖ ਅਧਿਕਾਰੀ ਸਮਝਦਾ ਹੈ ਕਿ ਮੇਰੀ ਹਕੂਮਤ ਹੈ ਤੇ ਜ਼ਿੰਦਗੀ ਭਰ ਸਿਮਰਨ ਤੋਂ ਬਿਨਾਂ ਜ਼ਿੰਦਗੀ ਗੁਜ਼ਾਰ ਦਿੰਦਾ ਹੈ, ਤੇ ਨਰਕ ਭੋਗ ਕੇ ਤੇ ਉਹ ਸੁਵਾਨ ਦੀ ਜੂਨ ਦੇ ਵਿੱਚ ਜਨਮ ਲੈਂਦਾ ਹੈ। ਹੁਣ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬੇਅੰਤ ਬਖਸ਼ਿਸ਼ਾਂ ਦੇ ਮਾਲਕ, ਰੂਹਾਨੀ ਗਿਆਨ ਦਾ ਉਪਦੇਸ਼ ਵੰਡਦੇ ਹੈ। ਹੁਣ ਇਹ ਹਮਾਯੂ ਰਾਜਾ ਹਾਰਿਆ ਹੋਇਆ ਬਖਸ਼ਿਸ਼ ਲੈਣ ਦੇ ਵਾਸਤੇ ਖਡੂਰ ਨਗਰ ਦੇ ਵਿੱਚ ਪਹੁੰਚਦਾ ਹੈ। ਗੁਰੂ ਜਾਣਦਾ ਸਾਰੇ ਜੀਵਾਂ ਦੀ ਦਿਲਾਂ ਦੀ ਫਰਿਆਦ ਨੂੰ ਬਿਨਾਂ ਬੋਲਣ ਤੋਂ, ਬਿਨਾਂ ਦੱਸਣ ਤੋਂ, ਕਹਿਣ ਤੋਂ ਸਤਿਗੁਰੂ ਸਾਹਿਬ ਜੀ ਜਾਣਦੇ ਆ। ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਣੇ। ਹੁਣ ਅੰਤਰਜਾਮੀ ਸਤਿਗੁਰੂ ਜੀ ਦੇ ਕੋਲੋਂ ਬਖਸ਼ਿਸ਼ ਲੈਣ ਵਾਸਤੇ ਹਮਾਯੂ ਬਾਦਸ਼ਾਹ ਆਉਂਦਾ, ਤੇ ਸਤਿਗੁਰੂ ਸਾਹਿਬ ਨੇ ਰਾਜਾ ਜਾਣ ਕੇ ਯੋਗ ਧਿਆਨ ਨਾ ਦਿੱਤਾ। ਹੁਣ ਆਸ ਲਾਈ ਹੈ ਕਿ ਮੈਂ ਬਾਬਰ ਦਾ ਪੁੱਤਰ ਹਮਾਯੂ ਹਿੰਦੁਸਤਾਨ ਦਾ ਰਾਜਾ, ਫਿਰ ਕੀ ਹੋਇਆ ਹਾਰ ਗਿਆ, ਤੇ ਇਹ ਸਾਧ ਇਹ ਗੁਰੂ ਮੇਰੇ ਵੱਲ ਨਜ਼ਰ ਦੇ ਨਾਲ ਹੀ ਨਹੀਂ ਤੱਕਦਾ। ਤੇ ਹੁਣ ਜਦੋਂ ਸਤਿਗੁਰੂ ਸਾਹਿਬ ਦੇ ਉੱਪਰ ਆਪਣੀ ਤਲਵਾਰ ਦੀ ਮੁੱਠ ਨੂੰ ਹੱਥ ਪਾਉਂਦਾ ਕਿ ਮਹਾਰਾਜ ਸਾਹਿਬ ਨੂੰ ਮੈਂ ਕਤਲ ਕਰ ਦੇਵਾਂ, ਤੇ ਸਤਿਗੁਰੂ ਸਾਹਿਬ ਨੇ ਯਕਦਮ ਨਜ਼ਰ ਘੁਮਾਈ ਤੇ ਬਖਸ਼ਿਸ਼ ਕੀਤੀ, ਰਾਜਨ ਇਹ ਤਲਵਾਰ ਤੂੰ ਸਾਧਾਂ ਤੇ ਚੱਕ ਰਿਹਾ, ਰੱਬ ਦੇ ਪਿਆਰਿਆਂ ਤੇ ਚੱਕਦਾ ਪਿਆ, ਤੇ ਕੀ ਗੱਲ ਜਦੋਂ ਤੂੰ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਸਾਂ, ਜੇ ਇੰਨਾ ਸੂਰਮਾ ਖਵਾਉਂਦਾ ਸਾਂ ਤੇ ਇਹ ਤਲਵਾਰ ਉਸ ਦੇ ਸਾਹਮਣੇ ਚੱਕਦਾ, ਉਸ ਦੇ ਨਾਲ ਯੁੱਧ ਕਰਦਾ, ਇੰਨਾ ਬਚਨ ਕਹਿਣ ਦੇ ਨਾਲ ਹੀ ਠਠੰਬਰ ਹੋ ਗਿਆ, ਸ਼ਾਂਤ ਹੋ ਗਿਆ। ਕਹਿਣ ਤੋਂ ਭਾਵ ਮੁਰਾਦ ਕੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਮਿਹਰਾਂ ਦੀ ਦ੍ਰਿਸ਼ਟੀ ਖੋਟੇ ਕੰਮਾਂ ਨੂੰ ਦੂਰ ਕਰ ਦਿੰਦੀ ਆ, ਤੇ ਅਰਜ ਕੀਤੀ ਮਹਾਰਾਜ ਵੱਡੇ ਸਾਹਿਬ ਨੇ ਬਾਦਸ਼ਾਹੀਆਂ ਦਾ ਵਰ ਦਿੱਤਾ ਸੀ ਤੇ ਅਜੇ ਦੂਸਰੀ ਬਾਦਸ਼ਾਹੀ ਹੋਈ ਆ ਤੇ ਰਾਜ ਖੁੱਸ ਗਿਆ। ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਜਾ ਆਪਣੇ ਮੁਲਕ ਖੁਰਾਸਾਨ ਵਾਲੇ ਪਾਸੇ ਚਲਾ ਜਾ, ਤੇ ਉੱਥੋਂ ਫਿਰ ਦੁਬਾਰਾ ਚੜ੍ਹਾਈ ਕਰਕੇ ਆਵੀਂ, ਤਿਆਰੀ ਕਰਕੇ ਆਵੀਂ, ਤੇ ਜਿੱਤ ਪ੍ਰਾਪਤ ਹੋ ਜਾਵੇਗੀ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ਾਂ ਨੂੰ ਆਪਾਂ ਵੀ ਧਾਰਨ ਕਰਕੇ
ਤੇ ਜ਼ਿੰਦਗੀ ਦਾ ਖਾਸ ਲਾਭ ਪ੍ਰਾਪਤ ਕਰਨਾ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਨ ਵਿਦਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਜਗਤ ਗੁਰ ਫਿਰਨ ਸੀਹ ਅੰਗਰੋ ਰਾਜ ਜੋਗ ਲਹਿਣਾ ਕਰੇ। ਪਿਤਾ ਗੁਰੂ ਅੰਗਦ ਦੇਵ ਸਾਹਿਬ ਦੀ ਵਡਿਆਈ ਭੱਟ ਸਾਹਿਬ ਕਰਦੇ ਆ ਕਿ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬਾਬਾ ਫੇਰੂ ਮੱਲ ਜੀ ਦੇ ਪੁੱਤਰ ਸੰਸਾਰ ਦੇ ਵਿੱਚ ਇੱਕ ਸ਼ੇਰ ਦੇ ਵਾਂਗ ਮੀਰੀ ਤੇ ਪੀਰੀ ਦੀਆਂ ਬਖਸ਼ਿਸ਼ਾਂ ਲੈ ਕੇ ਵਿਚਰੇ ਆ। ਕਹਿਣ ਤੋਂ ਭਾਵ ਮੁਰਾਦ ਕਿ ਬਖਸ਼ਿਸ਼ ਸੀ ਕਿ ਹਮਾਨੂ ਰਾਜੇ ਵਰਗੇ ਨੂੰ ਤਾੜਨਾ ਕਰ ਦੇਣੀ, ਇਹ ਕੀ ਬਖਸ਼ਿਸ਼ ਹੈ? ਸਾਰੀ ਨਾਮ ਬਾਣੀ ਦੀ ਬਖਸ਼ਿਸ਼ ਹੈ, ਅਨੰਤ ਮੂਰਤ ਨੂੰ ਆਪਣੇ ਦਿਲ ਵਿੱਚ ਧਾਰਨ ਕਰਨ ਦੀ ਬਖਸ਼ਿਸ਼ ਹੈ। ਤੇ ਅਗਲਾ ਬਚਨ ਹੈ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ। ਪਿਤਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਸਾਹਿਬ ਦੀ ਵਡਿਆਈ ਕਰਦਿਆਂ ਕਰਤਾਰ ਨੂੰ ਆਪਣੇ ਦਿਲ ਵਿੱਚ ਟਿਕਾ ਲਿਆ ਤੇ ਅਕਾਲ ਪੁਰਖ ਕਰਤਾਰ ਨੂੰ ਸਿਮਰਨ ਕੀਤਾ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਜੈ ਜੈਕਾਰ ਸੰਸਾਰ ਦੇ ਵਿੱਚ ਪ੍ਰਸਿੱਧ ਹੋਈ ਹੈ ਤੇ ਮਹਾਨ ਮੁਰਾਤਬਾ ਉੱਚਾ ਦਰਜਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਹਾਸਲ ਕੀਤਾ ਹੈ। ਜਿੱਥੇ ਆਪ ਜੀ ਨੂੰ ਬੇਨਤੀ ਕੀਤੀ ਹੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ, ਉੱਥੇ ਨਾਲ ਦੀ ਨਾਲ ਅੱਜ ਮਹਾਨ ਸੂਰਬੀਰ ਜੱਸਾ ਸਿੰਘ ਰਾਮਗੜੀਆ ਮਿਸਲ ਦੇ ਸਰਦਾਰ ਦਾ ਵੀ ਜਨਮ ਦਿਹਾੜਾ ਹੈ। ਕੁਝ ਇਹ ਵੀ ਸਾਂਝ ਕਰਨੀ ਬਹੁਤ ਜ਼ਰੂਰੀ ਹੈ। ਅੱਜ ਦੇ ਦਿਨ 5 ਮਈ 1723 ਵਾਲੇ ਦਿਨ ਸਰਦਾਰ ਸਾਹਿਬ ਭਗਵਾਨ ਸਿੰਘ ਦੇ ਘਰ ਈਚੋ ਗਿੱਲ ਪਿੰਡ ਜੋ ਲਾਹੌਰ ਤੋਂ 10-12 ਕੋਹ ਦੀ ਵਾਟ 'ਤੇ ਸੀ, ਉਸ ਵੇਲੇ ਅੱਜ ਦੇ ਦਿਨ ਜੱਸਾ ਸਿੰਘ ਦਾ ਜਨਮ ਹੁੰਦਾ ਹੈ। ਸਰਦਾਰ ਭਗਵਾਨ ਸਿੰਘ ਦੇ 5 ਪੁੱਤਰ ਸਨ ਅਤੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਸੀ ਜੱਸਾ ਸਿੰਘ। ਅਤੇ ਗਿਆਨੀ ਭਗਵਾਨ ਸਿੰਘ ਜੀ ਨਾਮ ਬਾਣੀ ਦੇ ਰਸੀਏ ਅਤੇ ਗਿਆਨੀ ਭਗਵਾਨ ਸਿੰਘ ਦੇ ਪਿਤਾ ਜੀ ਸਰਦਾਰ ਹਰਦਾਸ ਸਿੰਘ, ਜਿਨ੍ਹਾਂ ਦਾ ਜਨਮ 1660 ਨੂੰ ਸੁਰ ਸਿੰਘ ਪਿੰਡ 'ਚ ਹੁੰਦਾ ਹੈ। ਅਤੇ ਇਹ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਸੀ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਹਥਿਆਰ ਬਣਾਉਣ ਦੇ ਕਾਰਖਾਨੇ ਦਾ ਮੁਖੀ ਨਿਯੁਕਤ ਕੀਤਾ ਸੀ। ਅਤੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਰਨ ਵਿੱਚ ਰਹਿ ਕੇ ਹਥਿਆਰ ਬਣਾਉਂਦੇ ਬਾਬਾ ਹਰਦਾਸ ਸਿੰਘ ਜੀ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਉਹ ਨਾਗਣੀ ਵਰਸ਼ਾ, ਜਿਸ ਦੀ 8 ਫੁੱਟ ਲੰਬੀ ਡਾਂਗ ਅਤੇ 9 ਇੰਚ ਫਾਲਾ ਜਿਹੜਾ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਮਾਰਿਆ ਸੀ, ਉਹ ਜੱਸਾ ਸਿੰਘ ਰਾਮਗੜੀਏ ਦੇ ਦਾਦੇ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਵਰਸ਼ਾ ਸੀ। ਸੋ ਅੱਜ ਦਾ ਦਿਨ ਇਹ ਜਰਨੈਲ ਦਾ ਜਨਮ ਦਿਹਾੜਾ, ਇਹ ਬਖਸ਼ਿਸ਼ਾਂ ਵਾਪਰਦੀਆਂ। ਜਦੋਂ ਪ੍ਰਾਣੀ ਸਤਿਗੁਰੂ ਦੇ ਚਰਨਾਂ ਦਾ ਭੌਰਾ ਬਣਦਾ ਅਤੇ ਸੰਸਾਰ ਦੇ ਵਿੱਚ ਮੁਖੀ ਬਣ ਜਾਂਦਾ, ਆਗੂ ਬਣ ਜਾਂਦਾ। ਪਿਤਾ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਭਰੇ ਬਚਨ ਸਹਿਸਕ੍ਰਿਤੀ ਸਲੋਕਾਂ ਦੇ, ਪਾਸ਼ੰ ਕ੍ਰੋਧ ਅਗਰਣੀ ਵਹਿ ਨਿਰਾਸੰ ਆਸ ਪੂਰਨ ਹੈ। ਜਿਹੜਾ ਸਿੱਖ ਮਹਾਰਾਜ ਦੇ ਬਚਨਾਂ ਨੂੰ ਧਾਰਨ ਕਰਕੇ ਚੱਲਦਾ ਹੈ ਤੋ ਦੁਨੀਆਂ 'ਚ ਪ੍ਰਸਿੱਧ ਹੋ ਜਾਂਦਾ ਹੈ, ਉਸ ਦੀਆਂ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ। ਐਸੀ ਸ਼ਖਸੀਅਤ ਜੱਸਾ ਸਿੰਘ ਰਾਮਗੜੀਏ ਦਾ ਇਤਿਹਾਸ ਬੜਾ ਲੰਬਾ ਹੈ। ਜੋ ਰਾਮਗੜੀਆ ਮਿਸਲ ਦੇ ਜਥੇਦਾਰ ਬਣੇ ਅਤੇ ਹੁਣ ਜਦੋਂ ਦਿੱਲੀ ਦੇ ਤਖ਼ਤ ਨੂੰ ਜਿੱਤਦੇ ਹੈ ਅਤੇ ਜਦੋਂ 11 ਮਾਰਚ 1783 ਨੂੰ ਜੱਸਾ ਸਿੰਘ ਆਲੂਵਾਲੀਏ ਨੂੰ ਲਾਲ ਕਿਲ੍ਹੇ ਦੇ ਵਿੱਚ ਸੁਲਤਾਨ ਘੋਸ਼ਿਤ ਕੀਤਾ ਜਾਂਦਾ ਹੈ,
ਤੇ ਦੂਰ ਅੰਦੇਸ਼ੀ ਤੇ ਸਿਆਣਪ ਦੇ ਨਾਲ ਜੱਸਾ ਸਿੰਘ ਆਲੂਵਾਲੀਆ ਸੁਲਤਾਨ ਨਹੀਂ ਬਣਿਆ ਤੇ ਪੰਜ ਮੁੱਖ ਸਿੱਖ ਜਿਨ੍ਹਾਂ ਦੇ ਵਿੱਚ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂਵਾਲੀਆ, ਬਘੇਲ ਸਿੰਘ, ਭਾਗ ਸਿੰਘ ਤੇ ਗੁਰਦਿੱਤ ਸਿੰਘ, ਇਹ ਪੰਜ ਸਿੱਖ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਤਖਤ ਦੇ ਉੱਪਰ ਸੁਭਾਏਮਾਨ ਹੋਏ ਹੈ। ਹੁਣ ਉਹ ਜਰਨੈਲ ਜੱਸਾ ਸਿੰਘ ਰਾਮਗੜੀਆ ਜਿਸ ਨੇ ਜਾਂਦੀ ਵਾਰੀ ਇਹ ਲਾਲ ਕਿਲੇ ਦੇ ਵਿੱਚ ਉਹ ਸਿਲ ਰੰਗ ਬਿਰੰਗੇ ਪੱਥਰਾਂ ਵਾਲੀ ਜਿਹਦੇ ਉੱਪਰ ਰਾਜਿਆਂ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ ਉਸ ਨੂੰ ਜਿੱਤ ਦੀ ਨਿਸ਼ਾਨੀ ਦੇ ਵਿੱਚ ਉਹ ਅਖੇੜ ਕੇ ਲੈ ਗਏ ਤੇ ਅੱਜ ਵੀ ਜੱਸਾ ਸਿੰਘ ਅੱਜ ਵੀ ਅੰਮ੍ਰਿਤਸਰ ਵਿਖੇ ਰਾਮਗੜੀਏ ਬੁੰਗੇ ਦੇ ਵਿੱਚ ਉਹ ਜਿੱਤ ਦੀ ਨਿਸ਼ਾਨੀ ਦੇ ਵਿੱਚ ਰਾਜਿਆਂ ਦੀ ਤਾਜਪੋਸ਼ੀ ਵਾਲੀ ਸਿਲ ਜਿਹੜੀ ਆ ਉਹ ਮੌਜੂਦ ਹੈ। ਸੋ ਇਹ ਬਖਸ਼ਿਸ਼ ਸਤਿਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਣ ਦੇ ਨਾਲ ਹੀ ਪ੍ਰਾਪਤ ਹੁੰਦੀ। ਇੱਥੇ ਬਸ ਨਹੀਂ, ਜੱਸਾ ਸਿੰਘ ਰਾਮਗੜੀਆ ਜਰਨੈਲ ਰਾਮਗੜੀਆ ਮਿਸਲ ਦਾ ਮੁਖੀ, ਉਸ ਨੇ ਸਿੱਖ ਰਾਜ ਦਾ ਮੁੱਖ ਕੇਂਦਰ ਜਿਹੜਾ ਹੈ ਉਸ ਨੂੰ ਤਿਆਰ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਸਾਏ ਹੋਏ ਨਗਰ ਦੇ ਵਿੱਚ, ਸ੍ਰੀ ਹਰਗੋਬਿੰਦਪੁਰ ਦੇ ਵਿੱਚ ਰਾਮਗੜੀਆ ਮਿਸਲ ਦੀ ਰਾਜਧਾਨੀ ਕਾਇਮ ਕੀਤੀ ਆ ਜੱਸਾ ਸਿੰਘ ਰਾਮਗੜੀਆ ਨੇ। ਬੇਨਤੀ ਆ, ਇਹ ਨਗਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਸਾਇਆ, ਇਸੇ ਨਗਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਆਪਾਂ ਜੀਵਨ ਤੋਂ ਇਹ ਸਿੱਖਿਆ ਲੈਣੀ ਹੈ। ਗੁਰੂ ਹਰਗੋਬਿੰਦ ਸਾਹਿਬ ਸਵਾ ਦੋ ਸਾਲ ਰਹਿੰਦੇ ਹੈ, ਭਾਈ ਗੋਪਾਲੇ ਵਾਲੀ ਜਪਜੀ ਸਾਹਿਬ ਸ਼ੁੱਧ ਸੁਣਨ ਦੀ ਘਟਨਾ ਇੱਥੇ ਵਾਪਰਦੀ ਹੈ ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਿਰਪੱਖ ਸਨ, ਨਾਮ ਦਾ ਉਪਦੇਸ਼ ਦੇਣ ਵਾਲੇ। ਜੱਸਾ ਸਿੰਘ ਰਾਮਗੜੀਏ ਨੇ ਉਸ ਨਗਰ ਨੂੰ ਸਿੱਖ ਰਾਜਧਾਨੀ ਬਣਾਇਆ ਰਾਮਗੜੀਆ ਮਿਸਲ ਦੀ, ਜਿਸ ਨਗਰ ਦੇ ਵਿੱਚ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੂਸਰੀ ਜੰਗ ਜਿੱਤਣ ਤੋਂ ਉਪਰੰਤ ਮੁਸਲਮਾਨ ਭਰਾਵਾਂ ਨੂੰ ਮਸੀਤ ਤਿਆਰ ਕਰਾ ਕੇ ਦਿੱਤੀ ਆ ਕਿ ਤੁਸੀਂ ਵੀ ਇਸ ਮਸੀਤ ਦੇ ਅੰਦਰ ਰਹਿ ਕੇ ਆਪਣੇ ਖੁਦਾ ਦੀ, ਆਪਣੇ ਮਾਲਕ ਦੀ ਇਬਾਦਤ ਕਰ ਸਕਦੇ ਹੋ। ਸੋ ਜਿੱਥੇ ਆਪਾਂ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਹਾਸਲ ਕੀਤੀ ਹੈ, ਉੱਥੇ ਜਰਨੈਲ ਜੱਸਾ ਸਿੰਘ ਰਾਮਗੜੀਏ ਦਾ ਅੱਜ ਜਨਮ ਵੀ ਹੈ। ਸੋ ਆਪਾਂ ਸਿੱਖੀ ਧਾਰਨ ਕਰਨੀ ਹੈ, ਗੁਰੂ ਦਾ ਉਪਦੇਸ਼ ਆਪਣੇ ਦਿਲ ਵਿੱਚ ਵਸਾਉਣਾ। ਅੰਗਦ ਅਨੰਤ ਮੂਰਤ ਨਿਜ ਧਿਆਰੀ, ਅਗਮ ਗਿਆਨ ਰਸ ਰਸਿਓ ਹੀਓ, ਐਸੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਸਾਰੀਆਂ ਸੰਗਤਾਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਦਿਲ ਵਿੱਚ ਬਾਣੀ ਵਸਾ ਕੇ, ਸਿਮਰਨ ਕਰਕੇ, ਖੰਡੇ ਬਾਟੇ ਦੀ ਪੌਲ ਛੱਕ ਕੇ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੱਕੇ ਤੌਰ 'ਤੇ ਗੁਰੂ ਮੰਨ ਕੇ ਜੀਵਨ ਦਾ ਪੰਧ ਸਫਲ ਕਰੀਏ ਜੀ। ਭੁੱਲਾਂ ਦੀ ਮਾਫ਼ੀ, ਸਤਿਗੁਰੂ ਦੇ ਬਚਨਾਂ ਦੀ ਬੇਨਤੀ ਕਰਦਿਆਂ, ਇਤਿਹਾਸ ਦੀ ਬੇਨਤੀ ਕਰਦਿਆਂ, ਗੁਰੂ ਦਾ ਜਸ ਕਰਦਿਆਂ, ਬਹੁਤ ਭੁੱਲਾਂ ਹੋਈਆਂ, ਸਤਿਗੁਰੂ ਸਾਹਿਬ ਸੰਗਤ ਬਖਸ਼ਿਸ਼ ਕਰਨ ਦੇ ਯੋਗ ਹੈ। ਆਓ ਇਹ ਬਚਨ ਸਾਂਝਾ ਜ਼ਰੂਰ ਕਰਿਓ ਅਤੇ ਸਤਿਗੁਰੂ ਦੇ ਦਰ ਤੋਂ ਨਾਮ ਬਾਣੀ ਅਤੇ ਗੁਣ ਗਾਇਨ ਕਰਨ ਦੀ ਦਾਤ ਮੰਗ ਕੇ ਚੱਲਣਾ। ਬੇਅੰਤ ਸ਼ਰਧਾਲੂਆਂ ਨੇ ਸਾਹਿਬ ਦੇ ਬਚਨਾਂ ਦਾ ਸਨਮਾਨ ਕਰਦਿਆਂ ਬੇਅੰਤ ਮਾਇਆ ਭੇਟ ਕੀਤੀ, ਸਤਿਗੁਰੂ ਜੀ ਕਮਾਈ ਸਫਲ ਕਰਨ। ਇਹ ਬਚਨ ਸਾਂਝਾ ਕਰਕੇ ਆਓ ਫਤਿਹ ਦੀ ਸਾਂਝ ਕਰੀਏ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹ, ਗੁਣ ਗਾਵਾਂ ਦਿਨ ਰਾਤ ਨਾਨਕ ਚਾ ਨਾਨਕ ਚਾਓ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।